ਹਿਮਾਚਲ ਦੇ ਵਿਛੜੇ ਸਿਆਸੀ ਸੰਗਰਾਮ ਦੇ ਵਿਚਾਲੇ ਸੀਐਮ ਸੁੱਖੂ ਦੇ ਵੱਲੋਂ ਅਸਤੀਫੇ ਦੀਆਂ ਅਫਵਾਹਾਂ ਦਾ ਖੰਡਨ। ਬੋਲੇ ਮੈਂ ਅਸਤੀਫਾ ਨਹੀਂ ਦਿੱਤਾ, ਹਰ ਚੁਣੌਤੀ ਦਾ ਕਰਾਂਗਾ ਸਾਹਮਣਾ, 5 ਸਾਲ ਚੱਲੇਗੀ ਹਿਮਾਚਲ 'ਚ ਕਾਂਗਰਸ ਦੀ ਸਰਕਾਰ। ਪੀਐਮ ਬਦਲਣ ਦੇ ਸਵਾਲ ਤੇ ਕਾਂਗਰਸ ਲੀਡਰ ਜੈਰਾਮ ਰਮੇਸ਼ ਦਾ ਵੱਡਾ ਬਿਆਨ, ਕਿਹਾ ਸਾਡੇ ਕੋਲ ਖੁੱਲ੍ਹੇ ਨੇ ਸਾਰੇ ਬਦਲ, ਅਬਜ਼ਰਵਰ ਦੀ ਰਿਪੋਰਟ ਤੋਂ ਬਾਅਦ ਜਲਦ ਲਵਾਂਗੇ ਫੈਸਲਾ, ਪਾਰਟੀ ਹੈ ਸਭ ਤੋਂ ਉੱਤੇ। ਵਿਕਰਮਾਦਿੱਤਿਆ ਸਿੰਘ ਨੇ ਸੁੱਖੂ ਕੈਬਨਿਟ ਤੋਂ ਦਿੱਤਾ ਅਸਤੀਫਾ, ਬੋਲੇ ਮੰਤਰੀ ਹੋਣ ਦੇ ਬਾਵਜੂਦ ਮੈਨੂੰ ਕੀਤਾ ਗਿਆ ਜ਼ਲੀਲ, ਸਮਰਥਕਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਵਾਂਗਾ ਅਗਲਾ ਫੈਸਲਾ। ਤਾਂ ਸੁੱਖੂ ਬੋਲੇ ਵਿਕਰਮਾਦਿੱਤਿਆ ਛੋਟੇ ਭਰਾ, ਦੂਰ ਕਰਾਂਗੇ ਗਿਲੇ ਸ਼ਿਕਵੇ। ਹਿਮਾਚਲ ਕਾਂਗਰਸ ਦੇ 6 ਬਾਗੀ ਵਿਧਾਇਕਾਂ ਦੀ ਮੈਂਬਰਸ਼ਿਪ ਤੇ ਅੱਜ ਹੀ ਹੋ ਸਕਦਾ ਹੈ ਫੈਸਲਾ, ਵਿਧਾਨ ਸਭਾ ਸਪੀਕਰ 4 ਵਜੇ ਕਰਨਗੇ ਸੁਣਵਾਈ, ਵਿਪ ਦੇ ਬਾਵਜੂਦ ਵਿਧਾਨ ਸਭਾ ਤੋਂ ਗੈਰ ਹਾਜ਼ਰ ਰਹੇ ਸਨ MLA। ਸਪੀਕਰ ਨੇ LOP ਜੈਰਾਮ ਠਾਕੁਰ ਸਮੇਤ 15 BJP ਵਿਧਾਇਕਾਂ ਨੂੰ ਕੀਤਾ ਸਸਪੈਂਡ, ਮਾਰਸ਼ਲਾਂ ਨੇ ਕੱਢਿਆ ਬਾਹਰ, ਜੈਰਾਮ ਠਾਕੁਰ ਬੋਲੇ ਸਾਨੂੰ ਬਿਨਾਂ ਵਜ੍ਹਾ ਕੀਤਾ ਗਿਆ ਸਸਪੈਂਡ, ਵਾਇਸ ਵੋਟ ਦੇ ਜ਼ਰੀਏ ਪਾਸ ਕੀਤਾ ਬਿੱਲ। ਹਿਮਾਚਲ ਦੇ ਸਿਆਸੀ ਸੰਗਰਾਮ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਦਾ BJP ਤੇ ਵੱਡਾ ਇਲਜ਼ਾਮ, ਕਿਹਾ BJP ਪੈਸੇ ਅਤੇ ਏਜੰਸੀਆਂ ਦਾ ਕਰ ਰਹੀ ਹੈ ਗਲਤ ਇਸਤੇਮਾਲ, 25 ਵਿਧਾਇਕਾਂ ਵਾਲੀ ਪਾਰਟੀ 43 MLAs ਦੀ ਬਹੁਮਤ ਨੂੰ ਦੇ ਰਹੀ ਚੁਣੌਤੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਸੁੱਖੂ ਸਰਕਾਰ ਤੇ ਨਿਸ਼ਾਨਾ, ਬੋਲੇ ਕਾਂਗਰਸ ਨੇ ਵੱਡੇ ਵੱਡੇ ਅਤੇ ਝੂਠੇ ਵਾਅਦੇ ਕਰਕੇ ਬਣਾਈ ਸਰਕਾਰ, ਪਰ ਇੱਕ ਵੀ ਵਾਅਦਾ ਨਹੀਂ ਕੀਤਾ ਪੂਰਾ, 14 ਮਹੀਨਿਆਂ 'ਚ ਹੀ ਕਾਂਗਰਸ ਨੂੰ ਛੱਡ ਕੇ ਜਾ ਰਹੇ ਨੇ ਵਿਧਾਇਕ। ਹਿਮਾਚਲ ਕਾਂਗਰਸ ਦੇ ਕਲੇਸ਼ ਤੇ ਨਵਜੋਤ ਸਿੰਘ ਸਿੱਧੂ ਦੀ ਐਂਟਰੀ, ਬੋਲੇ ਨਿੱਜੀ ਮੁਫਾਦਾਂ ਨੂੰ ਪਹਿਲ ਦੇਣ ਵਾਲਿਆਂ ਨੂੰ ਪਾਰਟੀ ਤੋਂ ਕਰੋ ਬਾਹਰ, ਮੁਖੌਟੇ ਪਾ ਕੇ ਪਾਰਟੀ 'ਚ ਵੱਡੀਆਂ ਪੋਸਟਾਂ ਤੇ ਬੈਠੇ ਹੋਏ ਨੇ ਵਿਨਾਸ਼ਕਾਰੀ ਲੋਕ। ਦਿੱਲੀ ਕੂਚ ਤੇ ਕਿਸਾਨ ਜਥੇਬੰਦੀਆਂ ਕੱਲ੍ਹ ਕਰਨਗੀਆਂ ਅੱਗੇ ਦੀ ਰਣਨੀਤੀ ਦਾ ਐਲਾਨ, ਸਰਕਾਰ ਤੇ ਲਗਾਇਆ ਅੰਦੋਲਨ, ਦਬਾਉਣ ਦੀਆਂ ਕੋਸ਼ਿਸ਼ਾਂ ਦਾ ਇਲਜ਼ਾਮ, ਅੰਬਾਲਾ ਦੇ ਵਿੱਚ ਮੁੜ ਤੋਂ ਇੰਟਰਨੈਟ ਬੰਦ ਕਰਨ ਤੇ ਵੀ ਚੁੱਕੇ ਸਵਾਲ। ਕਿਸਾਨਾਂ ਦੇ ਹੱਕ ਦੇ ਵਿੱਚ ਸੜਕਾਂ ਤੇ ਉਤਰੀ ਪੰਜਾਬ ਕਾਂਗਰਸ, ਪੰਜਾਬ ਭਰ ਦੇ ਵਿੱਚ ਕੱਢੇ ਟਰੈਕਟਰ ਮਾਰਚ, ਰਾਜਾ ਵੜਿੰਗ ਬੋਲੇ ਕਿਸਾਨੀ ਦੇ ਨਾਲ ਹੀ ਹੈ ਪੰਜਾਬ ਦੀ ਹੋਂਦ, ਜੇ ਕਿਸਾਨ ਨਹੀਂ ਖੁਸ਼ਹਾਲ ਤਾਂ ਖਤਮ ਹੋ ਜਾਵੇਗਾ ਪੰਜਾਬ। ਚੰਡੀਗੜ੍ਹ ਦੇ ਨਵੇਂ ਮੇਅਰ ਕੁਲਦੀਪ ਕੁਮਾਰ ਨੇ ਸੰਭਾਲਿਆ ਅਹੁਦਾ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਦੇ ਲਈ ਆਮ ਆਦਮੀ ਪਾਰਟੀ ਕਾਂਗਰਸ ਦੇ ਸਾਂਝੇ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ, 4 ਤਰੀਕ ਨੂੰ ਹੋਣੀ ਹੈ ਚੋਣ। ਪੰਜਾਬ ਪੁਲਿਸ ਦੇ ਬੇੜੇ ਦੇ ਵਿੱਚ ਸ਼ਾਮਲ ਹੋਈਆਂ 410 ਹਾਈਟੈਕ ਗੱਡੀਆਂ, ਫਿਲੌਰ ਦੇ ਵਿੱਚ CM ਮਾਨ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ, ਬੋਲੇ ਅਪਰਾਧੀਆਂ ਨੂੰ ਫੜਨ ਦੇ ਲਈ ਪੁਲਿਸ ਦਾ ਅਪਗ੍ਰੇਡ ਹੋਣਾ ਬਹੁਤ ਜ਼ਰੂਰੀ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਕੋਦਰ ਦੇ ਵਿੱਚ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ, ਜਲੰਧਰ ਜ਼ਿਲ੍ਹੇ ਨੂੰ ਦਿੱਤੀ 283 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ, ਬੋਲੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਵਾਸਤੇ ਸਾਡੀ ਸਰਕਾਰ ਵਚਨਬੱਧ। ਲੁਧਿਆਣਾ ਦੇ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ, 40 ਸਾਲ ਦੇ ਸ਼ਖਸ ਨੇ ਖੁਦ ਨੂੰ ਅੱਗ ਲਗਾ ਕੇ ਕੀਤੀ ਖੁਦਕੁਸ਼ੀ, ਲੱਕੜਾਂ ਦੇ ਨਾਲ ਚਿਖਾ ਬਣਾ ਕੇ ਖੁਦ ਨੂੰ ਕੀਤਾ ਅੱਗ ਦੇ ਹਵਾਲੇ, ਕਿਸੇ ਬਿਮਾਰੀ ਦੇ ਚੱਲਦੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਮ੍ਰਿਤਕ ਸ਼ਖਸ। ਸਮਰਾਲਾ ਦੇ ਪਿੰਡ ਪੁਨੀਆਂ ਦੇ ਵਿੱਚ ਸ਼ਖਸ ਨੇ ਨੁਕੀਲੀ ਰੌਡ ਦੇ ਨਾਲ ਵੱਡੇ ਭਰਾ ਦਾ ਕੀਤਾ ਕਤਲ, ਪਿਓ ਵੀ ਬੁਰੀ ਤਰ੍ਹਾਂ ਜ਼ਖਮੀ, ਦੋਹਾਂ ਦੇ ਵਿਚਾਲੇ ਅਕਸਰ ਹੁੰਦਾ ਸੀ ਝਗੜਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਬੁਲੇਟਿਨ ਦਾ ਆਗਾਜ਼ ਕਰਨ ਜਾ ਰਿਹਾ। ਖਬਰ ਪੰਜਾਬ ਤੋਂ ਹੈ, ਪੰਚਾਇਤਾਂ ਦੇ ਨਾਲ ਜੁੜੀ ਹੋਈ ਹੈ ਤੇ ਅਹਿਮ ਤੇ ਵੱਡੀ ਖਬਰ ਇਸ ਸਮੇਂ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ। 5 ਸਾਲ ਦਾ ਕਾਰਜਕਾਲ ਪੂਰੀਆਂ ਕਰਨ ਵਾਲੀਆਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ।
ਨਵੀਂ ਪੰਚਾਇਤ ਚੁਣਨ ਤੱਕ ਅਧਿਕਾਰੀ ਹੁਣ ਪੰਚਾਇਤਾਂ ਦਾ ਕੰਮਕਾਜ ਦੇਖਣਗੇ। ਪਿਛਲੇ ਸਾਲ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਪੂਰਾ ਵਿਵਾਦ ਹੋਇਆ ਸੀ ਔਰ ਮਾਮਲੇ 'ਚ ਕਈ ਵੱਡੇ ਅਫਸਰਾਂ ਦੇ ਉੱਤੇ ਵੀ ਗਾਜ ਡਿੱਗੀ ਸੀ। ਖੈਰ, ਲੋਕ ਸਭਾ ਚੋਣਾਂ ਕਿਸੇ ਵੀ ਸਮੇਂ ਉਹਨਾਂ ਦਾ ਅਨਾਊਂਸ ਹੋ ਸਕਦਾ ਹੈ, ਲੋਕ ਸਭਾ ਦੇ ਇਲੈਕਸ਼ਨ ਦਾ, ਔਰ ਇਸ ਕਰਕੇ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਜਿਹੜੇ ਇਲੈਕਸ਼ਨ ਨੇ ਹੁਣ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਵੀ ਪੰਚਾਇਤਾਂ ਦੇ ਹੁੰਦੇ ਹੋਏ ਨਜ਼ਰ ਆ ਸਕਦੇ ਨੇ। ਹਾਲਾਂਕਿ ਪਿਛਲੇ ਸਾਲ ਸਤੰਬਰ ਅਕਤੂਬਰ ਦੇ ਵਿੱਚ ਜਾ ਕੇ 2023 ਦਾ ਮੈਂ ਜ਼ਿਕਰ ਕਰ ਰਿਹਾ, ਜਦੋਂ ਪੰਚਾਇਤਾਂ ਭੰਗ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਪੂਰਾ ਮਾਮਲਾ ਅਦਾਲਤ ਦੇ ਵਿੱਚ ਪਹੁੰਚ ਗਿਆ ਅਤੇ ਅਦਾਲਤ 'ਚ ਜਦੋਂ ਸਰਕਾਰ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਪੰਚਾਇਤਾਂ ਭੰਗ ਕਰਨ ਵਾਲਾ ਫੈਸਲਾ ਵਾਪਸ ਲੈ ਰਹੇ ਹਾਂ। ਦਰਅਸਲ ਇੱਕ ਜਿਹੜਾ ਮਾਮਲਾ ਪਟੀਸ਼ਨ ਦੇ ਜ਼ਰੀਏ ਪਹੁੰਚਾਇਆ ਗਿਆ ਅਦਾਲਤ ਦੇ ਵਿੱਚ ਅਤੇ ਉੱਥੇ ਜ਼ਿਕਰ ਕੀਤਾ ਗਿਆ ਸੀ ਕਿ ਪੰਚਾਇਤਾਂ ਦੀ ਮਿਆਦ 31 ਦਸੰਬਰ ਤੱਕ ਹੈ ਅਤੇ ਉਸ ਤੋਂ ਪਹਿਲਾਂ ਸੂਬੇ ਦੇ ਵਿੱਚ ਕਿਉਂ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਨੇ। ਤਾਂ ਫਿਰ ਉਸ ਤੋਂ ਬਾਅਦ ਉਸ ਦੇ ਉੱਤੇ ਜਵਾਬ ਦਿੰਦੇ ਹੋਏ ਪੰਚਾਇਤਾਂ ਭੰਗ ਕਰਨ ਵਾਲਾ ਫੈਸਲਾ ਵਾਪਸ ਲਿਆ ਗਿਆ ਔਰ ਇਸ ਸਭ ਦੇ ਵਿਚਾਲੇ ਹੁਣ ਜੋ ਖਬਰ ਹੈ ਕਿ ਸੂਬੇ ਦੇ ਵਿੱਚ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਕਾਰਜਕਾਲ ਪੂਰਾ ਕਰ ਲਿਆ, ਜਿਨ੍ਹਾਂ ਦਾ 5 ਸਾਲ ਦਾ ਕਾਰਜਕਾਲ ਪੰਚਾਇਤਾਂ ਦਾ ਮੁਕੰਮਲ ਹੋ ਚੁੱਕਿਆ, ਉਹਨਾਂ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ ਗਿਆ। ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਜਿਹੜੇ ਪੰਚ ਸਰਪੰਚ ਨੇ ਜਿਹੜੇ ਕੰਮਕਾਜ ਪਿੰਡਾਂ ਦਾ ਦੇਖ ਰਹੇ ਸੀ ਪੰਚਾਇਤ ਦਾ, ਹੁਣ ਉਹਨਾਂ ਦੀ ਥਾਂ ਅਧਿਕਾਰੀ ਕੰਮਕਾਜ ਦੇਖਣਗੇ ਔਰ ਜਦੋਂ ਤੱਕ ਨਵੇਂ ਪੰਚ ਸਰਪੰਚ ਚੁਣ ਕੇ ਨਹੀਂ ਆਉਂਦੇ ਉਸ ਵੇਲੇ ਤੱਕ ਜਿਹੜੇ ਅਧਿਕਾਰੀ ਆ ਉਹਨਾਂ ਦੇ ਵੱਲੋਂ ਹੀ ਜਿਹੜੇ ਪੰਚਾਇਤਾਂ ਦੇ ਕੰਮ ਦੀ ਦੇਖ ਰੇਖ ਕੀਤੀ ਜਾਏਗੀ। ਹੋਰ ਜਾਣਕਾਰੀ ਲੈਂਦੇ ਹਾਂ, ਸਿੱਧਾ ਰੁੱਖ ਕਰਦੇ ਹਾਂ ਪੰਕਜ ਕਪਾਹੀ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਨੇ। ਪੰਕਜ, ਕੀ ਕੁਛ ਤੁਹਾਡੇ ਕੋਲ ਜਾਣਕਾਰੀ ਪੰਚਾਇਤਾਂ ਭੰਗ ਕਰਨ ਦਾ ਜੋ ਫੈਸਲਾ? ਹੁਣ ਸੂਬੇ ਦੇ ਵਿੱਚ ਜਿਹੜਾ ਵੈ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋ ਜਾਏਗੀ ਕਿ ਉਹ ਪਿੰਡਾਂ ਦਾ ਕੰਮਕਾਰ ਜਿਹੜਾ ਉਹ ਦੇਖਣਗੇ, ਪਾਵਰਾਂ ਜਿਹੜੀਆਂ ਨੇ ਉਹ ਸਰਪੰਚਾਂ ਦੇ ਪੰਚਾਂ ਦੀਆਂ ਖਤਮ ਹੋ ਜਾਣਗੀਆਂ। ਔਰ ਦੂਸਰਾ ਇਹ ਹੈ ਕਿ ਇਸ ਦੇ ਵਿੱਚ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਉਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਜਿੰਨਾ ਪੰਚਾਇਤਾਂ ਦਾ ਟਰਮ ਪੂਰਾ ਹੋ ਗਿਆ, ਜਿਨ੍ਹਾਂ ਦੇ 5 ਸਾਲ ਪੂਰੇ ਹੋ ਗਏ ਨੇ, ਤਾਂ ਜਿਹੜੀ ਜਾਣਕਾਰੀ ਸਰਕਾਰ ਦੇ ਵੱਲੋਂ ਮਿਲੀ ਹੈ ਕਿ 90% ਤੋਂ ਜ਼ਿਆਦਾ ਅਜਿਹੀਆਂ ਪੰਚਾਇਤਾਂ ਨੇ ਜਿਨ੍ਹਾਂ ਦੇ ਟਰਮ ਜਿਹੜੇ ਨੇ ਉਹ ਪੂਰੇ ਹੋ ਚੁੱਕੇ ਨੇ ਔਰ ਹੁਣ ਦੁਬਾਰਾ ਚੋਣਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਣਗੀਆਂ। ਕਦੋਂ ਹੋਣਗੀਆਂ, ਕਿੰਨਾ ਸਮਾਂ ਲੱਗੇਗਾ, ਕਿਸ ਤਰੀਕੇ ਦੀ ਸਰਕਾਰ ਦੀ ਤਿਆਰੀ ਹੈ, ਇਹ ਅਜੇ ਗੱਲਬਾਤ ਕਰਾਂਗੇ ਪੰਚਾਇਤੀ ਮੰਤਰੀ ਦੇ ਨਾਲ। ਲੇਕਿਨ ਇੱਕ ਵੱਡੀ ਖਬਰ ਦਰਸ਼ਕਾਂ ਨੂੰ ਇਹ ਦੇ ਰਹੇ ਹਾਂ ਕਿ ਜਿਹੜੀਆਂ ਪੰਚਾਇਤਾਂ ਭੰਗ ਹੋ ਗਈਆਂ ਨੇ, ਸਰਕਾਰ ਦੇ ਵੱਲੋਂ ਇਹ ਫੈਸਲਾ ਜਿਹੜਾ ਉਹ ਲੈ ਲਿੱਤਾ ਗਿਆ ਵਾ ਔਰ 90% ਤੋਂ ਜ਼ਿਆਦਾ ਅਜਿਹੀਆਂ ਪੰਚਾਇਤਾਂ ਨੇ ਜੋ ਇਸ ਵੋਟ ਤੋਂ ਬਾਅਦ ਭੰਗ ਹੋ ਜਾਣਗੀਆਂ। ਠੀਕ ਹੈ, ਤਾਂ ਭੰਗ ਹੋ ਜਾਣਗੀਆਂ। ਇਲੈਕਸ਼ਨ ਨੂੰ ਲੈ ਕੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹ ਤਾਂ ਪੰਗਤ ਕਿਆਸ ਲਗਾਏ ਜਾਣ ਕਿਉਂਕਿ ਲੋਕ ਸਭਾ ਇਲੈਕਸ਼ਨ ਬਿਲਕੁਲ ਸਿਰ ਤੇ ਨੇ, ਮਾਰਚ ਚੜ੍ਹਦੇ ਹੀ ਪਹਿਲੇ ਦੂਜੇ ਹਫ਼ਤੇ ਦੇ ਵਿੱਚ ਅਨਾਊਂਸਮੈਂਟ ਹੋ ਜਾਣੀ ਹੈ, ਆਪਾਂ ਸਾਰੇ ਸਮਝਦੇ ਹਾਂ। ਅਤੇ ਇਸ ਕਰਕੇ ਜਿਹੜੀਆਂ ਪੰਚਾਂ ਸਰਪੰਚਾਂ ਦੀਆਂ ਚੋਣਾਂ ਹੁਣ ਇਹ ਸਮਝਿਆ ਜਾਵੇ ਕਿ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਹੀ ਮੁਮਕਿਨ ਹੋ ਸਕੇਗਾ ਇਹ ਜਿਹੜਾ ਪੂਰਾ ਚੋਣ ਅਮਲ ਨੇਪਰੇ ਚਾੜਨਾ। ਬਿਲਕੁਲ ਬਿਲਕੁਲ ਗੌਰਵ, ਜਿਹੜੇ ਸਾਡੇ ਸੋਰਸਿਸ ਇਸ ਵੇਲੇ ਜਾਣਕਾਰੀ ਦੇ ਰਹੇ ਨੇ ਕਿ ਸਰਕਾਰ ਜਿਹੜੀ ਹੈ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਜਿਹੜੀ ਉਹ ਕਰਵਾਏਗੀ। ਸਿਰਫ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਹੀ ਨਹੀਂ ਬਲਕਿ ਨਗਰ ਨਿਗਮ ਦੀਆਂ ਚੋਣਾਂ ਵੀ ਜਿਹੜੀਆਂ ਨੇ ਉਹ ਪੈਂਡਿੰਗ ਪਈਆਂ ਹੋਈਆਂ ਨੇ, ਨਗਰ ਨਿਗਮ ਦੀਆਂ ਚੋਣਾਂ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ। ਲੇਕਿਨ ਇਸ ਵੇਲੇ ਜਿਹੜੀ ਜਾਣਕਾਰੀ ਸਰਕਾਰ ਦੇ ਸੋਰਸਿਸ ਸਾਨੂੰ ਦੇ ਰਹੇ ਨੇ ਕਿ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਇਕੱਠੀਆਂ ਚੋਣਾਂ ਜਿਹੜੀਆਂ ਨੇ ਉਹ ਸਰਕਾਰ ਕਰਵਾਏਗੀ, ਚਾਹੇ ਨਗਰ ਨਿਗਮ ਦੀਆਂ ਹੋਣ, ਨਗਰ ਕੌਂਸਲ ਦੀਆਂ ਹੋਣ ਜਾਂ ਫਿਰ ਪੰਚਾਇਤਾਂ ਦੀਆਂ ਹੋਣ। ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੁਮਕਿਨ ਨਹੀਂ ਸਰਕਾਰ ਦੇ ਕੋਲ ਕਿ ਪਹਿਲਾਂ ਜਿਹੜੀਆਂ ਨੇ ਉਹ ਜਿਹੜੀਆਂ ਚੋਣਾਂ ਕਰਵਾ ਲਿੱਤੀਆਂ ਜਾਣ। ਤਾਂ ਜਾਣਕਾਰੀ ਇਹੀ ਹੈ ਕਿ ਚੋਣਾਂ ਜਿਹੜੀਆਂ ਨੇ ਉਹ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਕਰਵਾਈਆਂ ਜਾਣਗੀਆਂ। ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਤਾਂ ਜੇਕਰ ਤੁਹਾਡੇ ਪਿੰਡ ਦੀ ਪੰਚਾਇਤ 5 ਸਾਲ ਪਹਿਲਾਂ ਚੁਣੀ ਗਈ ਸੀ, ਉਸ ਨੂੰ 5 ਸਾਲ ਮੁਕੰਮਲ ਹੋ ਚੁੱਕੇ ਨੇ, ਤਾਂ ਫਿਰ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ। ਜਿਹੜੇ ਪੰਚ ਸਰਪੰਚ ਜਿਹਨਾਂ ਦੇ ਕੋਲ ਅਹੁਦੇ ਹੁੰਦੇ ਨੇ ਜਿਹੜੇ ਕੰਮਕਾਜ ਨੂੰ ਦੇਖਦੇ ਨੇ, ਉਹਨਾਂ ਦੀ ਥਾਂ ਹੁਣ ਅਧਿਕਾਰੀ ਕੰਮਕਾਜ ਦੇਖਣਗੇ। ਪੰਜਾਬ ਦੇ ਵਿੱਚ 12,000 ਤੋਂ ਜ਼ਿਆਦਾ ਪਿੰਡ ਨੇ
ਤਾਂ ਇਸ ਕਰਕੇ ਸਿੱਧੇ ਤੌਰ ਦੇ ਉੱਤੇ ਤਕਰੀਬਨ ਹਰ ਪੰਜਾਬੀ ਤੱਕ ਇਹ ਖਬਰ ਪਹੁੰਚਦੀ ਹੈ ਜਾਂ ਫਿਰ ਕਹੀਏ ਕਿ ਉਸਦੇ ਨਾਲ ਤਾਲੁਕ ਰੱਖਦੀ ਹੈ। ਔਰ 5 ਸਾਲ ਮੁਕੰਮਲ ਕਰ ਚੁੱਕੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਔਰ ਬਹੁਤ ਗਿਣਤੀ ਉਹਨਾਂ ਦੇ ਵਿੱਚ ਕੁਝ ਪੰਚਾਇਤਾਂ ਹੋਣਗੀਆਂ ਜਿਹਨਾਂ ਨੂੰ ਬਾਅਦ ਵਿੱਚ ਚੁਣਿਆ ਗਿਆ ਜਾਂ ਫਿਰ ਕਿਸੇ ਥਾਂ ਦੇ ਉੱਤੇ ਦੁਬਾਰਾ ਇਲੈਕਸ਼ਨ ਹੁੰਦਾ, ਨਹੀਂ ਤਾਂ ਆਮ ਤੌਰ 'ਤੇ ਇਕੱਠੇ ਹੀ ਸੂਬੇ ਭਰ ਦੇ ਵਿੱਚ ਪੰਚਾਇਤ ਦੇ ਇਲੈਕਸ਼ਨ ਕਰਵਾਏ ਜਾਂਦੇ ਨੇ। ਔਰ ਪੰਜਾਬ ਭਰ ਦੇ ਵਿੱਚ ਪੰਚਾਇਤਾਂ ਨੂੰ ਭੰਗ ਕਰਨ ਦਾ ਜਿਹੜਾ ਫੈਸਲਾ ਸੂਬਾ ਸਰਕਾਰ ਨੇ ਲਿਆ, ਹੁਣ ਲੋਕ ਸਭਾ ਇਲੈਕਸ਼ਨ ਦੇ ਉੱਤੇ ਇਸਦਾ ਕੀ ਅਸਰ ਨਜ਼ਰ ਆਉਂਦਾ ਹੈ, ਕਿਵੇਂ ਇਸ ਨੂੰ ਦੇਖਿਆ ਜਾਵੇ ਆਉਣ ਵਾਲਾ ਸਮਾਂ ਹੀ। ਰੁੱਖ ਕਰਦੇ ਹਾਂ ਤੇ ਹੁਣ ਗੱਲ ਕਿਸਾਨ ਜਥੇਬੰਦੀਆਂ ਦੀ, ਜੋ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਪ੍ਰਦਰਸ਼ਨ ਲਗਾਤਾਰ ਕਰ ਰਹੀਆਂ ਨੇ। ਦਿੱਲੀ ਕੂਚ ਦੇ ਉੱਤੇ ਕੱਲ੍ਹ ਵੱਡਾ ਐਲਾਨ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਵੱਲੋਂ ਕੱਲ੍ਹ ਅੰਦੋਲਨ ਦੀ ਅਗਲੀ ਰਣਨੀਤੀ ਦਾ ਐਲਾਨ ਕਿਸਾਨ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਸ਼ੰਭੂ ਤੇ ਖਨੌਰੀ ਦੇ ਉੱਤੇ ਵੱਖ ਵੱਖ ਮੀਟਿੰਗ ਕੀਤੀਆਂ ਨੇ ਔਰ ਕੱਲ੍ਹ ਅੱਗੇ ਦੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ। ਕਾਬਲੇ ਗੌਰ ਹੈ ਕਿ ਇਸ ਤੋਂ ਪਹਿਲਾਂ 29 ਫਰਵਰੀ ਤੱਕ ਦੀ ਪੂਰੀ ਰੂਪਰੇਖਾ ਦੱਸੀ ਗਈ ਸੀ ਕਿ 29 ਫਰਵਰੀ ਤੱਕ ਜਿਹੜੇ ਬਾਰਡਰ ਦੇ ਉੱਤੇ ਹੀ ਸ਼ੰਭੂ ਤੇ ਖਨੌਰੀ ਡਟੇ ਰਹਿਣਗੇ ਕਿਸਾਨ ਔਰ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਫੈਸਲਾ ਉਹ ਲਿਆ ਜਾਏਗਾ। ਤਾਂ ਕੱਲ੍ਹ 29 ਤਰੀਕ ਹੈ ਔਰ 1 ਮਾਰਚ ਤੋਂ ਕੀ ਪਲਾਨ ਹੋਏਗਾ ਕਿ ਕਿਸਾਨ ਜਥੇਬੰਦੀਆਂ 1 ਤਰੀਕ ਤੋਂ ਦੁਬਾਰਾ ਦਿੱਲੀ ਕੂਚ ਦਾ ਐਲਾਨ ਕਰਦੀਆਂ ਨੇ ਜਾਂ ਨਹੀਂ, ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਜ਼ਰੂਰ ਲੱਗੀਆਂ ਹੋਈਆਂ ਨੇ। ਹਾਲਾਂਕਿ ਕਿਸਾਨ ਜ਼ਰੂਰ ਕਹਿ ਰਹੇ ਨੇ ਕਿ ਸਰਕਾਰ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਵੀ ਦੁਬਾਰਾ ਕਿਹਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਸਾਡੇ ਨਾਲ ਗੱਲ ਨਹੀਂ ਕੀਤੀ। ਅਵਗਤ ਕਰਾਤਾ ਹੂੰ ਕਿ ਹਰਿਆਣਾ ਕੇ ਅੰਦਰ ਕਸ਼ਮੀਰ ਕੀ ਤਰ੍ਹਾਂ ਔਰ ਪੂਰਵ ਕੇ ਰਾਜਿਓ ਕੀ ਤਰ੍ਹਾਂ ਇੱਕ ਪੂਰੀ ਪੈਰਾਮਿਲਟਰੀ 70,000 ਪੈਰਾਮਿਲਟਰੀ ਫੋਰਸਿਸ ਲਗਾ ਕਰ ਡਿਜੀਟਲ ਬੰਦੀ ਕਰ ਦੀ ਗਈ ਹੈ। ਪੂਰਾ ਵਿਖਿਆਨ ਕਿਹਾ ਜਾਤਾ ਹੈ ਕਿ ਡਿਜੀਟਲ ਇੰਡੀਆ ਹੈ, ਡਿਜੀਟਲ ਭਾਰਤ ਕੀ ਬਾਤੇਂ ਹੋਤੀ ਹੈ ਔਰ ਇਹ ਡਿਜੀਟਲ ਇੰਟਰਨੈਟ ਬੰਦ ਕਰ ਕਰ ਡਿਜੀਟਲ ਕਰਫਿਊ ਲਗਾ ਦਿਆ ਗਿਆ ਹੈ। ਤੋ ਇਹ ਇਸਕੋ ਇਸਕੇ ਲਈ ਸਪੈਸ਼ਲ ਇਹ ਹੈ ਕਿ ਅੰਦੋਲਨੋ ਕੇ ਅੰਦਰ ਜੋ ਲੋਕ ਆਪਣੀ ਆਵਾਜ਼ ਉਠਾਉਣਾ ਚਾਹਤੇ ਹੈ ਉਸ ਆਵਾਜ਼ ਕੋ ਬੰਦ ਕਰ ਦਿਆ ਜਾਤਾ ਹੈ। ਕੱਲ੍ਹ ਸੇ ਅੰਬਾਲਾ ਕੇ ਅੰਦਰ ਫਿਰ ਸੇ ਇੰਟਰਨੈਟ ਕੀ ਸੇਵਾ ਹੈ ਜੋ ਬੰਦ ਕਰ ਦੀ ਗਈ ਔਰ ਇਸਮੇ ਦਰਕਿਨਾਰ ਕਰ ਦਿਆ ਜਾਤਾ ਹੈ ਜੋ ਸਟੂਡੈਂਟ ਹੈ, ਜੋ ਛੋਟਾ ਕਾਰੋਬਾਰੀ ਹੈ, ਜੋ ਪੈਟਰੋਲ ਪੰਪ ਵਪਸਾਈ ਹੈ, ਜੋ ਬੈਂਕਿੰਗ ਕਾਰਿਆ ਹੈ ਔਰ ਬੱਚੋਂ ਕੇ ਇਗਜ਼ਾਮ ਹੈ, ਉਨਕੋ ਦਰਕਿਨਾਰ ਕਰ ਕਰ ਸਿਰਫ ਆਵਾਜ਼ ਨਾ ਹਮਾਰੀ ਪਹੁੰਚੇ ਉਸਕੇ ਲੀਏ ਇਹ ਬੰਦ ਕਰ ਦੀ ਜਾਤੀ ਹੈ। ਤਾਂ ਕਿਸਾਨ ਜਥੇਬੰਦੀਆਂ ਕੱਲ੍ਹ ਕੀ ਐਲਾਨ ਕਰਦੀਆਂ ਨੇ, ਸਭ ਦੀਆਂ ਨਜ਼ਰਾਂ ਉਸਦੇ ਉੱਤੇ ਨੇ ਕਿਉਂਕਿ ਇੱਕ ਪਾਸੇ ਬਾਰਡਰ ਵੀ ਸੀਲ ਨੇ, ਦਿੱਲੀ ਜਾਣਾ ਹੋਵੇ ਖਨੌਰੀ ਜਾਂ ਫਿਰ ਸ਼ੰਭੂ ਤੋਂ ਇਸ ਸਮੇਂ ਦਿੱਕਤ ਹੈ। ਤਾਂ ਹੁਣ ਕਿ ਅੰਦੋਲਨ ਇਸ ਤਰੀਕੇ ਨਾਲ ਜਾਰੀ ਰਹੇਗਾ ਜਾਂ ਅੱਗੇ ਦੀ ਕੋਈ ਵੱਖਰੀ ਰੂਪਰੇਖਾ ਉਹਨਾਂ ਦੇ ਵੱਲੋਂ ਲਿਖੀ ਜਾਂਦੀ ਹੈ ਉਸ 'ਤੇ ਨਜ਼ਰ ਰਹੇਗੀ। ਪਰ ਇਹ ਸਭ ਦੇ ਵਿਚਾਲੇ ਕਿਸਾਨਾਂ ਦੀ ਹਿਮਾਇਤ ਦੇ ਵਿੱਚ ਪੰਜਾਬ ਕਾਂਗਰਸ ਸੜਕਾਂ ਦੇ ਉੱਤੇ ਨਜ਼ਰ ਆਈ। 4 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਨੇ ਟਰੈਕਟਰ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਰਾਜਾ ਵੜਿੰਗ ਪਹੁੰਚੇ ਹੋਏ ਸੀ, ਉੱਥੇ ਉਹਨਾਂ ਦੇ ਵੱਲੋਂ ਕਿਹਾ ਗਿਆ, ਪਹਿਲਾਂ 4 ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਅੰਮ੍ਰਿਤਸਰ ਫਰੀਦਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀਆਂ। ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨੀ ਦੇ ਨਾਲ ਹੀ ਪੰਜਾਬ ਦੀ ਹੋਂਦ ਹੈ, ਜੇ ਕਿਸਾਨ ਖੁਸ਼ਹਾਲ ਨਹੀਂ ਹੋਏਗਾ ਤਾਂ ਫਿਰ ਸੂਬਾ ਯਾਨੀ ਪੰਜਾਬ ਖਤਮ ਹੋ ਜਾਵੇਗਾ। ਲੋਕ ਸਭਾ ਇਲੈਕਸ਼ਨ ਬਿਲਕੁਲ ਸਿਰ ਦੇ ਉੱਤੇ ਨੇ ਔਰ ਇਹ ਵੀ ਚੀਜ਼ ਸਭ ਦੇ ਜ਼ਿਹਨ ਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਵੋਟ ਬੈਂਕ ਹੈ, ਕਿਸਾਨੀ ਵੋਟ ਬੈਂਕ ਜਿਸ ਨੂੰ ਕਿਹਾ ਜਾਂਦਾ ਹੈ। ਤਾਂ ਇਸ ਕਰਕੇ ਹਰ ਪੋਲੀਟੀਕਲ ਪਾਰਟੀ ਕਿਸਾਨਾਂ ਤੱਕ ਆਪਣੀ ਪਹੁੰਚ ਜਾਂ ਫਿਰ ਉਹਨਾਂ ਦੇ ਹੱਕ ਦੇ ਵਿੱਚ ਖੜਨ ਦਾ ਦਾਅਵਾ ਕਰ ਰਹੀ ਹੈ। ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਚਾਹੇ ਕਾਂਗਰਸ ਹੋਵੇ, ਉਹ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਸੂਬੇ ਦੀ ਸਰਕਾਰ ਜਿਸ ਪਾਰਟੀ ਦੀ, ਆਮ ਆਦਮੀ ਪਾਰਟੀ ਹੋਵੇ, ਇਨਫੈਕਟ ਚਾਹੇ ਬੀਜੇਪੀ ਹੋਵੇ, ਜਿਨ੍ਹਾਂ ਦੀ ਕੇਂਦਰ ਦੀ ਸਰਕਾਰ ਦੇ ਖਿਲਾਫ਼ ਕਿਸਾਨਾਂ ਨੇ ਮੋਰਚਾ ਖੋਲਿਆ, ਤਾਂ ਬੀਜੇਪੀ ਵੀ ਕਿਸਾਨ ਹਿਤੈਸ਼ੀ ਖੁਦ ਨੂੰ ਦੱਸਦੀ ਹੈ। ਪਰ ਇਹ ਸਭ ਦੇ ਵਿਚਾਲੇ ਟਰੈਕਟਰ ਮਾਰਚ ਕੱਢਿਆ ਗਿਆ। 4 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦਿਓ।